बीते दिन कल 15 अगस्त को मसाणिया पिंड विखे मोहल्ला क्लीनिक का उद्घाटन किया गया। विधायक शहरी कलसी वालों उद्घाटन किया गया। एक तस्वीर मैं साझी कराया उस मोहल्ला क्लीनिक दी। हाँ। मैम कल का उद्घाटन किया विधायक शहरी कलसी वालों, तो कितना रिस्पॉन्स थानू पिंड वाले पास मिले, कितने मरीज आ चुके हैं इतने? हाँ, पेशेंट तो साढ़े अज 17-18 हो गए ने। कल तो चलो शुरुआत सी, 3-4 पेशेंट ही आए सी, तो ओपनिंग तो बाद अज 17-18 पेशेंट आ गए। किस तरह की दवाइया दी कि पेशेंट? हाँ, जिस तरह पैरासिटामोल, बुखार की दवाई, शुगर की दवाई, बीपी की दवाई, मल्टीविटामिन, ताकत दी गोलियां, सारा कुछ मिलता, अवेलेबल है सारी मेडिसिन। ਜਿੰਨੇ ਕੁ ਟੈਸਟ ਵਗੈਰਾ ਕੀਤੇ ਗਏ ਨੇ ਉਹ ਸਾਰੇ ਫ੍ਰੀ ਆਫ ਕੋਸਟ ਹੁੰਦੇ ਨੇ? ਫ੍ਰੀ ਆਫ ਕੋਸਟ, ਫ੍ਰੀ ਆਫ ਕੋਸਟ। ਦਵਾਈਆਂ ਜਿਹੜੀਆਂ ਕਹਿੰਦੇ ਦਵਾਈਆਂ ਫ੍ਰੀ ਦਿੰਦੇ ਆ? ਬਿਲਕੁਲ ਬਿਲਕੁਲ। ਕਿੰਨਾ ਕੁ ਰਿਸਪੌਂਸ ਮਿਲਿਆ ਪਿੰਡ ਵਾਸੀਆਂ ਵੱਲੋਂ? ਪਿੰਡ ਵਾਸੀਆਂ ਵੱਲੋਂ ਵਧੀਆ ਰਿਸਪੌਂਸ ਮਿਲ ਰਿਹਾ ਹੈ। ਸਵੇਰ ਦੇ ਆਪਾਂ 21 ਮਰੀਜ਼ ਜੋ ਅਟੈਂਡ ਕਰ ਚੁੱਕੇ ਹਾਂ, ਇਹਦੇ ਵਿੱਚ ਬੁਖਾਰ ਦੇ, ਹਾਈਪਰ ਟੈਂਸ਼ਨ ਦੇ, ਡਾਇਬਟੀਜ਼ ਦੇ ਮਰੀਜ਼ ਆਏ ਹੋਏ ਨੇ। ਪਿੰਡ ਵਾਸੀਆਂ ਵੱਲੋਂ ਵਧੀਆ ਰਿਸਪੌਂਸ ਮਿਲ ਰਿਹਾ। ਕਿੰਨਾ ਕੁ ਵਧੀਆ ਮਹਿਸੂਸ ਕਰ ਰਹੇ ਹੋ? ਪਿੰਡ ਵਿੱਚ ਡਿਸਪੈਂਸਰੀ ਖੁੱਲ੍ਹ ਗਈ ਹੈ, ਮੁਹੱਲਾ ਕਲੀਨਿਕ ਖੁੱਲ੍ਹ ਗਿਆ, ਅਤੇ ਹੁਣ ਸਾਰੀਆਂ ਸਹੂਲਤਾਂ ਤੁਹਾਨੂੰ ਇੱਥੇ ਮਿਲਿਆ ਕਰਨਗੀਆਂ? ਹਾਂਜੀ ਹਾਂਜੀ, ਸਾਨੂੰ ਬਹੁਤ ਚੰਗਾ ਲੱਗਦਾ ਜੀ। ਆਪ ਅਸੀਂ ਅੱਗੇ ਸ਼ਹਿਰ 'ਚ ਦਵਾਈ ਲੈਣ ਜਾਂਦੇ ਹਾਂ, ਕੋਈ ਵੀ ਸਾਨੂੰ ਨੁਕਸ ਹੁੰਦਾ ਹੈ, ਅਤੇ ਹੁਣ ਉਹ ਪਿੰਡ ਦੇ ਵਿੱਚ ਆ ਪੜ੍ਹੇ ਲਿਖੇ ਬਹੁਤ ਸਿਆਣੇ ਡਾਕਟਰ ਨੇ, ਅਤੇ ਬੜਾ ਚੰਗਾ ਸਾਨੂੰ ਰਿਸਪੌਂਸ ਮਿਲਿਆ ਹੈ। ਅਸੀਂ ਆਏ ਹਾਂ ਅਤੇ ਸਾਨੂੰ ਉਹਨਾਂ ਨੇ ਚੰਗੀ ਤਰ੍ਹਾਂ ਚੈੱਕ ਕੀਤਾ ਹੈ, ਦਵਾਈ ਵੀ ਲੈ ਕੇ ਦਿੱਤੀ ਹੈ। ਕਿੰਨੇ ਕੁ ਪੈਸੇ ਲੱਗੇ ਤੁਹਾਡੇ ਹੁਣ? ਪੈਸਾ ਮੈਂ ਕੋਈ ਪੈਸਾ ਨਹੀਂ ਲੱਗਾ ਜੀ, ਫ੍ਰੀ ਹੈ ਸਭ ਕੁਝ। ਚੋਣਾਂ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਵਾਅਦੇ ਕੀਤੇ ਗਏ ਸਨ ਕਿ ਮੁਹੱਲਾ ਕਲੀਨਿਕ ਖੋਲ੍ਹੇ ਜਾਣਗੇ, ਬਿਜਲੀ ਫ੍ਰੀ ਕੀਤੀ ਜਾਵੇਗੀ, 1000 ਰੁਪਇਆ ਔਰਤ ਨੂੰ ਏਕਾ 'ਚੋਂ ਦਿੱਤਾ ਜਾਵੇਗਾ। ਲੇਕਿਨ ਕਿੰਨੇ ਕੁ ਵਾਅਦੇ ਸੱਚ ਹੋਏ ਨੇ ਚੋਣਾਂ ਤੋਂ ਬਾਅਦ? ਕਿਉਂਕਿ ਹੁਣ ਸਰਕਾਰ ਵੀ ਆਮ ਆਦਮੀ ਪਾਰਟੀ ਦੀ ਆ, ਭਗਵੰਤ ਮਾਨ ਦੀ ਸਰਕਾਰ ਵਿੱਚ ਬਿਜਲੀ ਬਿੱਲ 'ਤੇ ਮਾਫ਼ ਕੀਤੇ ਗਏ ਨੇ। ਹੁਣ ਮੁਹੱਲਾ ਕਲੀਨਿਕ ਜੋ ਕਿ ਚੋਣਾਂ ਤੋਂ ਪਹਿਲਾਂ ਵਾਅਦਾ ਕੀਤਾ ਗਿਆ ਸੀ, ਉਹ ਵੀ ਹੁਣ ਹਲਕੇ ਵਿੱਚ 75 ਮੁਹੱਲਾ ਕਲੀਨਿਕ ਖੋਲ੍ਹਣ ਦੀ ਵਿਉਂਤ ਬਣਾਈ ਗਈ ਸੀ। ਬੀਤੇ ਦਿਨ ਕੱਲ੍ਹ 15 ਅਗਸਤ ਨੂੰ ਮਸਾਣੀਆਂ ਪਿੰਡ ਵਿਖੇ ਮੁਹੱਲਾ ਕਲੀਨਿਕ ਦੀ ਉਦਘਾਟਨ ਕੀਤਾ ਗਿਆ। ਵਿਧਾਇਕ ਸ਼ਹਿਰੀ ਕਲਸੀ ਵੱਲੋਂ ਉਦਘਾਟਨ ਕੀਤਾ ਗਿਆ। ਇੱਕ ਤਸਵੀਰਾਂ ਮੈਂ ਸਾਂਝੀ ਕਰਾਂ ਉਸ ਮੁਹੱਲਾ ਕਲੀਨਿਕ ਦੀਆਂ ਜੋ ਕਿ ਪਿੰਡ ਮਸਾਣੀਆਂ ਦੇ ਬਟਾਲਾ ਦੇ ਨਜ਼ਦੀਕ ਪੈਂਦੇ ਪਿੰਡ ਮਸਾਣੀਆਂ ਵਿੱਚ ਖੋਲ੍ਹਿਆ ਗਿਆ ਆਮ ਆਦਮੀ ਕਲੀਨਿਕ ਦੇ ਨਾਂ 'ਤੇ, ਜਿਸ ਵਿੱਚ ਸਿਹਤ ਸਹੂਲਤਾਂ ਪੱਖੋਂ ਕਾਫੀ ਕੁਝ ਲੋਕਾਂ ਦੀ ਸਹੂਲਤਾਂ ਲਈ ਦਿੱਤੀਆਂ ਗਈਆਂ, ਜਿਨ੍ਹਾਂ ਵਿੱਚ ਟੈਸਟ ਵੀ ਫ੍ਰੀ ਕੀਤੇ ਗਏ, ਇਲਾਜ ਵੀ ਫ੍ਰੀ ਕੀਤੇ ਗਏ, ਇੱਥੋਂ ਤੱਕ ਕਿ ਡਾਕਟਰ ਜਿਹੜੇ ਹਨ ਉਹ ਹਰ ਤਰ੍ਹਾਂ ਦਾ ਇਲਾਜ ਇੱਥੇ ਕਰਨਗੇ। ਤਸਵੀਰਾਂ ਵਿਖਾ ਦਿਆਂ ਇੱਕ ਵਾਰੀ, ਡਾਕਟਰ ਸਾਹਿਬ ਦਾ ਕਮਰਾ ਕਾਫੀ ਵਧੀਆ ਤਰੀਕੇ ਨਾਲ ਬਣਾਇਆ ਗਿਆ ਇਹ ਆਮ ਆਦਮੀ ਕਲੀਨਿਕ, ਜਿਸ ਵਿੱਚ ਡਾਕਟਰ ਨੇ, ਫਾਰਮਾਸਿਸਟ ਵੀ ਬੈਠੇ ਨੇ, ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਨੇ ਲੋਕਾਂ ਨੂੰ, ਅਤੇ ਲੋਕਾਂ ਦੀ ਸਹੂਲਤ ਵਿੱਚ ਜੋ ਕਿ ਪਿੰਡ ਵਾਲਾ, ਕਿਉਂਕਿ ਮਸਾਣੀਆਂ ਲਾਗੇ ਕਾਫੀ ਪਿੰਡ ਜਿਹੜੇ ਪੈਂਦੇ ਨੇ, ਅਤੇ ਲੋਕਾਂ ਦੀ ਸਹੂਲਤ ਵਾਸਤੇ ਇਹ ਆਮ ਆਦਮੀ ਕਲੀਨਿਕ ਖੋਲ੍ਹੇ ਗਏ ਨੇ। ਤੁਸੀਂ ਦੇਖ ਸਕਦੇ ਹੋ ਇੱਥੇ ਫਾਰਮਾਸਿਸਟ ਬੈਠੇ, ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਨੇ। ਸੋ ਗੱਲਬਾਤ ਵੀ ਕਰਾਂਗੇ ਨਾਲ, ਜਾਣਾਂਗੇ ਵੀ ਕਿਹੜੇ ਕਿਹੜੇ ਦਵਾਈਆਂ ਦਿੱਤੀਆਂ ਜਾਂਦੀਆਂ ਨੇ, ਜਾਂ ਕਿੰਨੇ ਕੁ ਲੋਕ ਅੱਜ ਸਵੇਰ ਦੇ ਆ ਗਏ ਨੇ। ਸਤਿ ਸ਼੍ਰੀ ਅਕਾਲ ਜੀ। ਜੀ ਗੱਲ ਕਰਦੇ ਹਾਂ ਇੱਥੋਂ ਦੇ ਡਾਕਟਰ ਸਾਹਿਬ ਨਾਲ। ਸਤਿ ਸ਼੍ਰੀ ਅਕਾਲ ਜੀ। ਫਾਰਮਾਸਿਸਟ, ਫਾਰਮੇਸੀ ਆਫੀਸਰ ਜੀ ਜੀ। ਹਾਂ, ਅਤੇ ਕਿਹੜੀ ਸੇਵਾ ਇੱਥੇ ਤੁਸੀਂ ਮਾਰ ਰਹੇ ਹੋ? ਅਸੀਂ ਮੈਡੀਸਨ ਦੀ। ਹਾਂ ਮੈਮ, ਕੱਲ੍ਹ ਦਾ ਉਦਘਾਟਨ ਕੀਤਾ ਵਿਧਾਇਕ ਸ਼ਹਿਰੀ ਕਲਸੀ ਵੱਲੋਂ, ਅਤੇ ਕਿੰਨਾ ਕੁ ਰਿਸਪੌਂਸ ਤੁਹਾਨੂੰ ਪਿੰਡ ਵਾਲੇ ਵਾਸੀ ਮਿਲੇ, ਕਿੰਨੇ ਕੁ ਮਰੀਜ਼ ਆ ਚੁੱਕੇ ਨੇ ਇੱਥੇ? ਹਾਂ, ਪੇਸ਼ੈਂਟ ਤਾਂ ਸਾਡੇ ਅੱਜ 17-18 ਹੋ ਗਏ ਨੇ। ਕੱਲ੍ਹ ਤਾਂ ਚਲੋ ਸ਼ੁਰੂਆਤ ਸੀ, 3-4 ਪੇਸ਼ੈਂਟ ਹੀ ਆਏ ਸੀ, ਅਤੇ ਓਪਨਿੰਗ ਤੋਂ ਬਾਅਦ ਅੱਜ 17-18 ਪੇਸ਼ੈਂਟ ਆ ਗਏ ਨੇ। ਹਾਂ, ਅਤੇ ਕਿਸ ਤਰ੍ਹਾਂ ਦੀਆਂ ਦਵਾਈਆਂ ਦਿੰਦੇ ਆ, ਜਾਂ ਕਿੱਦਾਂ ਦੇ ਪੇਸ਼ੈਂਟ ਦੀ ਟੀਮ? ਹਾਂ, ਜਿਸ ਤਰ੍ਹਾਂ ਪੈਰਾਸਟਾਮੋਲ, ਬੁਖਾਰ ਦੀ ਦਵਾਈ, ਸ਼ੂਗਰ ਦੀ ਦਵਾਈ, ਬੀਪੀ ਦੀ ਦਵਾਈ, ਮਲਟੀਵਿਟਾਮਿਨ, ਤਾਕਤ ਦੀਆਂ ਗੋਲੀਆਂ, ਸਾਰਾ ਕੁਛ ਮਿਲਦਾ, ਅਵੇਲੇਬਲ ਹੈ ਸਾਰੀ ਮੈਡੀਸਨ। ਅਤੇ ਕੀ ਪ੍ਰੋਸੀਜਰ ਹੈਗਾ ਜੇ ਪੇਸ਼ੈਂਟ ਆਉਂਦਾ, ਅਤੇ ਕਿੱਦਾਂ ਮਤਲਬ ਉਹਨੂੰ ਜੇ ਆ ਕੇ ਜੇ ਉਹਨੇ ਆਪਣਾ ਚੈੱਕਅਪ ਕਰਾਉਣਾ ਹੋਏ ਕਿੱਦਾਂ ਕਰਾਏਗਾ? ਪਹਿਲੇ ਉਹ ਡਾਕਟਰ ਕੋਲ ਜਾਂਦੇ ਨੇ, ਉੱਥੇ ਰਜਿਸਟ੍ਰੇਸ਼ਨ ਕਰਦੇ ਨੇ, ਉਹਨਾਂ ਦਾ ਡਾਇਗਨੋਸ ਕਰਦੇ ਨੇ, ਸਾਰਾ ਪੇਸ਼ੈਂਟ ਦਾ ਪੁੱਛਦੇ ਨੇ ਨਾਂ ਵਗੈਰਾ ਸਾਰਾ ਕੁਛ, ਫਿਰ ਸਾਡੇ ਕੋਲ ਆਉਂਦੀ ਹੈ, ਔਨਲਾਈਨ ਸਿਸਟਮ ਹੈ ਸਾਰਾ, ਫਿਰ ਅਸੀਂ ਔਨਲਾਈਨ ਉਹਨਾਂ ਨੂੰ ਮੈਡੀਸਨ ਦਿੰਦੇ ਹਾਂ। ਹਾਂ, ਕਿੰਨੇ ਕੁ ਟੈਸਟ ਜਿਹੜੇ ਇੱਥੇ ਫ੍ਰੀ ਹੁੰਦੇ ਨੇ? ਟੈਸਟ ਤਕਰੀਬਨ ਸਾਰੇ ਹੀ ਹੈ, ਸ਼ੂਗਰ ਦਾ ਟੈਸਟ ਹੈ, ਆਪਣਾ ਹੋਰ CBC ਵਗੈਰਾ ਸਾਰਾ ਕੁਛ ਹੀ ਹੈ। ਹਾਂ, ਸੈਂਪਲ ਲੈ ਕੇ ਅਤੇ ਇੱਥੋਂ ਆਪਾਂ ਬਟਾਲੇ ਭੇਜਦੇ ਨਾ, ਬਟਾਲੇ ਕ੍ਰਿਸ਼ਨਾ ਲੈਬ, ਹਾਂ ਕ੍ਰਿਸ਼ਨਾ ਲੈਬ ਵਿੱਚ ਭੇਜਣੇ ਹੁੰਦੇ, ਇਹ ALT ਨੇ ਬੈਠੇ ਨੇ,
ਜਿੰਨੇ ਕੁ ਟੈਸਟ ਵਗੈਰਾ ਕੀਤੇ ਗਏ ਨੇ ਉਹ ਸਾਰੇ ਫ੍ਰੀ ਫ੍ਰੀ ਆਫ ਕੋਸਟ ਹੁੰਦੇ ਨੇ? ਫ੍ਰੀ ਆਫ ਕੋਸਟ, ਫ੍ਰੀ ਆਫ ਕੋਸਟ ਦਵਾਈਆਂ ਜਿਹੜੀਆਂ ਕਹਿੰਦੇ ਦਵਾਈਆਂ ਫ੍ਰੀ ਦਿੱਤੀਆਂ? ਬਿਲਕੁਲ ਬਿਲਕੁਲ, ਹਾਂ ਜੀ ਬਿਲਕੁਲ। ਇਹਨੇ ਫਾਰਮੇਸੀ 'ਚ ਇਹਨਾਂ ਨੇ ਕਿਹਾ ਜੀ ਵੀ ਦਵਾਈਆਂ ਤੱਕ ਫ੍ਰੀ ਦਿੱਤੀਆਂ, ਟੈਸਟ ਜਿੰਨੇ ਵੀ ਹੋਣਗੇ ਸਾਰੇ ਫ੍ਰੀ ਕੀਤੇ ਜਾਣਗੇ। ਅਤੇ ਕਾਫੀ ਲੋਕ ਵੀ ਮਰੀਜ਼ ਵੀ ਆ ਚੁੱਕੇ ਨੇ, ਅਸੀਂ ਗੱਲ ਵੀ ਕਰਾਂਗੇ ਡਾਕਟਰ ਸਾਹਿਬ ਨਾਲ ਜੋ ਇੱਥੇ ਅਪੁਆਇੰਟ ਕੀਤੇ ਗਏ ਨੇ, ਵੀ ਕੀ ਕਹਿਣਾ ਹੈ, ਕਿੰਨਾ ਕੁ ਲੋਕਾਂ ਦਾ ਰੁਝਾਨ ਆਇਆ ਹੈ, ਕਿੰਨਾ ਕੁ ਲੋਕ ਇੱਥੇ ਜਿਹੜੇ ਕਿ ਚੈੱਕਅਪ ਕਰਾਉਣ ਆਏ ਨੇ? ਸਤਿ ਸ਼੍ਰੀ ਅਕਾਲ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਅਤੇ ਪਹਿਲਾਂ ਇਹ ਦੱਸਿਓ ਵੀ ਤੁਸੀਂ ਮੁਹੱਲਾ ਕਲੀਨਿਕ 'ਚ ਆਏ ਹੋ, ਕਿੰਨਾ ਕੁ ਰਿਸਪੋਂਸ ਮਿਲਿਆ ਪਿੰਡ ਵਾਸੀਆਂ ਵੱਲੋਂ? ਪਿੰਡ ਵਾਸੀਆਂ ਵੱਲੋਂ ਵਧੀਆ ਰਿਸਪੋਂਸ ਮਿਲ ਰਿਹਾ ਹੈ। ਸਵੇਰ ਦੇ ਆਪਾਂ 21 ਮਰੀਜ਼ ਜੋ ਅਟੈਂਡ ਕਰ ਚੁੱਕੇ ਹਾਂ, ਇਹਦੇ ਵਿੱਚ ਬੁਖਾਰ ਦੇ, ਹਾਈਪਰਟੈਂਸ਼ਨ ਦੇ, ਡਾਇਬਟੀਜ਼ ਦੇ ਮਰੀਜ਼ ਆਏ ਹੋਏ ਨੇ। ਪਿੰਡ ਵਾਸੀਆਂ ਵੱਲੋਂ ਵਧੀਆ ਰਿਸਪੋਂਸ ਮਿਲ ਰਿਹਾ। ਕੀ ਨਾਮ ਕੀ ਜੀ? ਡਾਕਟਰ ਜਗਦੀਪ ਨਾਮ ਹੈ ਮੇਰਾ। ਜਗਦੀਪ ਜੀ, ਕਿਹੜੀ ਕਿਹੜੀਆਂ ਸਹੂਲਤਾਂ ਪਿੰਡ ਵਾਲੇ ਪਾਸੇ ਦਿੰਦੇ, ਕਿੰਨੇ ਕੁ ਟੈਸਟ ਫ੍ਰੀ ਕੀਤੇ ਜਾਂਦੇ ਨੇ, ਅਤੇ ਕਿੰਨੇ ਕੁ ਜੇ ਕੋਈ ਮਰੀਜ਼ ਆਉਂਦਾ ਦਿਖਾਉਣ ਦੇ, ਕਿੰਨੇ ਕੁ ਪ੍ਰੋਸੀਜਰ, ਕਿੱਦਾਂ ਕੁ ਪੈਸੇ ਲੱਗਦੇ ਨੇ? ਇਹ ਬਿਲਕੁਲ ਫ੍ਰੀ ਹੈ, OPD ਬੇਸਿਸ 'ਤੇ ਹੈ ਸਾਰਾ। ਇਹ ਕੋਈ ਇਨਡੋਰ ਪੇਸ਼ੈਂਟ ਦੀ ਇੱਥੇ ਅਵੇਲੇਬਿਲਟੀ ਨਹੀਂ ਹੈ। ਆਪਣੇ ਕੋਲ ਇੱਥੇ 41 ਟੈਸਟ ਜੋ ਲੈਬ ਦੇ ਹੈਗੇ ਨੇ ਉਹ ਫ੍ਰੀ ਹੁੰਦੇ ਨੇ ਇੱਥੇ, ਅਤੇ 75 ਤਰ੍ਹਾਂ ਦੀ ਮੈਡੀਸਿਨ ਆਈ ਹੋਈ ਹੈ ਜੋ ਕਿ ਇੱਥੇ ਫ੍ਰੀਲੀ ਅਵੇਲੇਬਲ ਹੈ। ਕੋਈ ਰਜਿਸਟ੍ਰੇਸ਼ਨ ਫੀਸ ਨਹੀਂ ਹੈ, ਔਨਲਾਈਨ ਆਪਾਂ ਸਾਰਾ ਕੁਛ ਕਰਨਾ ਹੈ। ਪੇਸ਼ੈਂਟ ਨੂੰ ਸਲਿੱਪ ਪ੍ਰਿੰਟਰ ਦੇ ਥਰੂ ਕੱਢ ਕੇ ਦੇਈ ਦੀ ਹੈ, ਸਾਰਾ ਕੁਛ ਫ੍ਰੀ ਹੈਗਾ ਹੈ। ਇਹ ਤੁਸੀਂ ਕਹਿ ਸਕਦੇ ਵੀ ਆਪਾਂ ਫ੍ਰੀ ਸਭ ਕੁਝ ਦਿੰਦੇ ਹਾਂ, ਲੇਕਿਨ ਇੱਕ ਹੀ ਪੇਸ਼ੈਂਟ ਤੁਸੀਂ ਸਵੇਰ ਦੇ ਵੇਖ ਚੁੱਕੇ ਹੋ, ਅਤੇ ਜੇ ਕੋਈ ਇਹੋ ਜਿਹਾ ਪੇਸ਼ੈਂਟ ਵੀ ਹੈਗਾ ਜਿਹਨੂੰ ਤੁਸੀਂ ਰੈਫਰ ਕੀਤਾ ਹੋਏ, ਮਤਲਬ ਹੋਸਪਿਟਲ ਵਗੈਰਾ? ਨਹੀਂ, ਹਜੇ ਤਾਂ ਨਹੀਂ ਕੋਈ ਰੈਫਰ ਵਾਲਾ ਆਇਆ ਹੋਇਆ। ਹਜੇ ਤਾਂ ਉਹੀ ਮਰੀਜ਼ ਸੀਗੇ ਜੋ ਜਨਰਲ OPD ਦੇ ਸੀਗੇ, ਹਜੇ ਕੋਈ ਰੈਫਰ ਵਾਲਾ ਮਰੀਜ਼ ਨਹੀਂ ਆਇਆ ਹੋਇਆ ਸਾਡੇ ਕੋਲ ਜੀ। ਸਾਡੇ ਨਾਲ ਇੱਥੇ ਪੇਸ਼ੈਂਟ ਵੀ ਮੌਜੂਦ ਨੇ ਜੋ ਇੱਥੇ ਚੈੱਕਅਪ ਕਰਾਉਣੇ ਨੇ, ਪਿੰਡ ਵਾਸੀ ਨੇ, ਉਹਨਾਂ ਨਾਲ ਵੀ ਗੱਲ ਕਰਦੇ ਵੀ ਕਿੰਨੀਆਂ ਕੁ ਸਹੂਲਤਾਂ ਨੇ, ਕਿੰਨਾ ਕੁ ਵਧੀਆ ਲੱਗ ਰਿਹਾ ਉਹਨਾਂ ਨੂੰ ਇੱਥੇ ਆ ਕੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਂ ਜੀ ਆਪਾਂ? ਹਾਂ, ਮੇਰਾ ਨਾਮ ਲਖਵਿੰਦਰ ਸਿੰਘ ਹੈ ਜੀ। ਲਖਵਿੰਦਰ ਸਿੰਘ ਜੀ, ਕਿੰਨਾ ਕੁ ਵਧੀਆ ਮਹਿਸੂਸ ਕਰ ਰਹੇ ਹੋ? ਪਿੰਡ ਵਿੱਚ ਡਿਸਪੈਂਸਰੀ ਖੁੱਲ੍ਹ ਗਈ ਹੈ, ਮੁਹੱਲਾ ਕਲੀਨਿਕ ਖੁੱਲ੍ਹ ਗਿਆ, ਅਤੇ ਹੁਣ ਸਾਰੀਆਂ ਸਹੂਲਤਾਂ ਤੁਹਾਨੂੰ ਇੱਥੇ ਮਿਲਿਆ ਕਰਨਗੀਆਂ। ਹਾਂਜੀ ਹਾਂਜੀ, ਸਾਨੂੰ ਬਹੁਤ ਚੰਗਾ ਲੱਗਦਾ ਜੀ। ਆਪ ਅਸੀਂ ਅੱਗੇ ਸ਼ਹਿਰ 'ਚ ਦਵਾਈ ਲੈਣ ਜਾਂਦੇ ਹਾਂ, ਕੋਈ ਵੀ ਸਾਨੂੰ ਨੁਕਸ ਹੁੰਦਾ ਹੈ, ਅਤੇ ਹੁਣ ਉਹ ਪਿੰਡ ਦੇ ਵਿੱਚ ਆ ਪੜ੍ਹੇ ਲਿਖੇ ਬਹੁਤ ਸਿਆਣੇ ਡਾਕਟਰ ਨੇ, ਅਤੇ ਬੜਾ ਚੰਗਾ ਸਾਨੂੰ ਰਿਸਪੋਂਸ ਮਿਲਿਆ ਹੈ। ਅਸੀਂ ਆਏ ਹਾਂ ਅਤੇ ਸਾਨੂੰ ਉਹਨਾਂ ਚੰਗੀ ਤਰ੍ਹਾਂ ਚੈੱਕ ਕੀਤਾ ਹੈ, ਦਵਾਈ ਵੀ ਲਿਖ ਕੇ ਦਿੱਤੀ ਹੈ। ਕਿੰਨੇ ਕੁ ਪੈਸੇ ਲੱਗੇ ਤੁਹਾਡੇ ਹੁਣ? ਪੈਸਾ ਮੈਂ ਕੋਈ ਪੈਸਾ ਨਹੀਂ ਲੱਗਾ ਜੀ, ਫ੍ਰੀ ਹੈ ਸਭ ਕੁਝ। ਯਾਨੀ ਕਿ ਸਭ ਕੁਝ ਫ੍ਰੀ, ਟੈਸਟ ਫ੍ਰੀ, ਦਵਾਈਆਂ ਫ੍ਰੀ? ਹਾਂਜੀ, ਫ੍ਰੀ ਪਰਚੀ ਬਣੀ ਹੈ, ਕੋਈ ਇੱਕ ਪੈਸਾ ਵੀ ਨਹੀਂ ਲੱਗਾ, ਕੋਈ ਰੁਪਇਆ ਵੀ ਨਹੀਂ ਲੱਗਾ, ਕੋਈ ਨਹੀਂ ਲੱਗਾ, ਅਤੇ ਫ੍ਰੀ ਆ ਦਵਾਈ ਲੈ ਕੇ ਦਿੱਤੀ ਇਹਨਾਂ ਨੇ, ਉਸ ਨੂੰ ਜਾ ਕੇ ਦਵਾਈ ਲੈ ਲੈਣੀ ਹੈ, ਕੋਈ ਪੈਸਾ ਨਹੀਂ ਲੱਗਾ, ਅਤੇ ਸਾਨੂੰ ਬਹੁਤ ਚੰਗਾ ਲੱਗਦਾ ਹੈ। ਲੱਗਦਾ ਵੀ ਹੁਣ ਇਹ ਮੁਹੱਲਾ ਕਲੀਨਿਕ ਖੋਲ੍ਹਣ ਨਾਲ ਜੇ ਲੱਗ ਜਾ ਕੇ ਪਿੰਡ ਹੈਗੇ ਜਾਂ ਪਿੰਡ ਵਾਸੀ ਹੈਗੇ, ਉਹਨੂੰ ਕਾਫੀ ਸਹੂਲਤ ਮਿਲੇਗੀ, ਕਿਉਂਕਿ ਸ਼ਹਿਰ ਜਾਣਾ ਪੈਂਦਾ ਸੀ, ਮਾੜੀ ਮੋਟੀ ਬਿਮਾਰੀ ਹੁੰਦੀ, ਸ਼ਹਿਰ ਦਿਖਾਉਣਾ ਪੈਂਦਾ ਸੀ, ਅਤੇ ਹਸਪਤਾਲ ਦੇ ਚੱਕਰ ਕੱਟਣੇ ਪੈਂਦੇ ਸੀ। ਹਾਂਜੀ ਹਾਂਜੀ, ਉਹ ਸ਼ਹਿਰ ਜਾ ਕੇ ਵੀ ਸਾਨੂੰ ਪਹਿਲਾਂ ਇੱਥੋਂ 10 ਕਿਲੋਮੀਟਰ ਚੜ੍ਹ ਕੇ ਜਾਂ ਬੱਸੇ ਜਾਵਾਂਗੇ ਜਾਂ ਮੋਟਰਸਾਈਕਲ ਜਾਵਾਂਗੇ, ਅਤੇ ਜਾ ਕੇ ਚੈੱਕ ਚੈੱਕਅਪ ਕਰਾਵਾਂਗੇ। ਉੱਥੇ ਬਹੁਤ ਭੀੜ ਹੁੰਦੀ ਹੈ, ਕਿ ਬਟਾਲੇ ਦਾ ਏਰੀਆ ਬੜਾ ਵੱਡਾ ਹੈ, ਅਤੇ ਇੱਥੇ ਸਾਨੂੰ ਸਾਰੀਆਂ ਸਹੂਲਤਾਂ ਮਿਲਣ ਦੀਆਂ ਨੇ, ਅਤੇ ਦਵਾਈ ਵਧੀਆ ਦੇਣ ਡਏ ਨੇ, ਅਤੇ ਸਾਨੂੰ ਬਹੁਤ ਫਾਇਦਾ ਹੋਏਗਾ ਇਹ ਮੁਹੱਲਾ ਕਲੀਨਿਕ ਦਾ। ਇਹ ਲਖਵਿੰਦਰ ਸਿੰਘ, ਇੱਕ ਗੱਲ ਦੱਸਿਓ ਵੀ ਜਦੋਂ ਬਾਦਲ ਸਰਕਾਰ ਸੀਗੀ, ਉਦੋਂ ਜੋ ਐਂਬੂਲੈਂਸ ਵਗੈਰਾ ਸੀ ਜਾਂ ਹੋਰ ਸਹੂਲਤਾਂ ਸੀ, ਉਹਨਾਂ 'ਤੇ ਬਾਦਲ ਸਾਹਿਬ ਦੀ ਫੋਟੋ ਲੱਗੀ ਸੀ, ਠੀਕ ਆ ਜੀ? ਅਤੇ ਉਸ ਟਾਈਮ ਇਹ ਭਗਵੰਤ ਮਾਨ ਜੀ ਨੇ ਵਿਰੋਧ ਕੀਤਾ ਸੀ ਇਸ ਚੀਜ਼ ਦਾ ਵੀ, ਫੋਟੋਆਂ ਲੱਗੀਆਂ ਨੇ। ਹੁਣ ਮੁਹੱਲਾ ਕਲੀਨਿਕ ਆ, ਆਮ ਆਦਮੀ ਕਲੀਨਿਕ ਆ, ਇਸ ਬੋਰਡ ਦੇ ਉੱਪਰ ਭਗਵੰਤ ਮਾਨ ਦੀ ਫੋਟੋ ਲੱਗੀ ਆ, ਕੀ ਕਹਿਣਾ ਚਾਹੋਗੇ? ਚਲੋ, ਉਹਨਾਂ ਆਪਣੀ ਪਾਰਟੀ ਦਾ ਮਸ਼ਹੂਰੀ ਕਰਨੀ ਕਿ ਸਾਡੀ ਪਾਰਟੀ ਅੱਗੇ ਆਏ। ਬਾਦਲ ਸਾਹਿਬ ਵੀ ਇੱਦਾਂ ਕੀਤਾ, ਉਹਨਾਂ ਦੇ ਜਿਹੜੀ ਉਹਨਾਂ ਜਿਵੇਂ ਕਾਰਡ ਬਣਾਏ ਹਨ, ਉਹਨਾਂ ਵੀ ਆਪਣੇ ਕਾਰਡ 'ਤੇ ਫੋਟੋ ਲਾਈ ਸੀ, ਅਤੇ ਮੁਹੱਲਾ ਇਹਨਾਂ ਮੁਹੱਲਾ ਗਲੀ ਨੇ ਬੱਸਾਂ 'ਤੇ ਉਹਨਾਂ ਫੋਟੋਆਂ ਲਾਈਆਂ, ਬਾਦਲ ਸਾਹਿਬ ਨੇ ਆਪਣੀ ਫ੍ਰੀ ਕੀਤਾ ਸੀ, ਇਹਨਾਂ ਨੇ ਮੁਹੱਲਾ ਗਲੀ ਨੇ ਖੋਲ੍ਹਿਆ, ਇਹਨਾਂ ਆਪਣੀ ਫੋਟੋ ਲਾਈ ਹੈ। ਚਲੋ, ਇਹ ਆਪਣੀ ਪਾਰਟੀ ਦਾ ਹੁੰਦਾ ਹੈ ਮੈਨੀਫੈਸਟ ਹੋ ਜਿੱਦਾਂ ਉਹਨਾਂ ਦਾ ਹੈ, ਅਤੇ ਚਲੋ ਚੰਗਾ, ਇਹ ਪਾਰਟੀ ਨੂੰ ਪਤਾ ਇਹਦੇ ਬਾਰੇ, ਅਸੀਂ ਕੁਝ ਨਹੀਂ ਕਹਿ ਸਕਦੇ, ਅਸੀਂ ਤਾਂ ਕਹਿੰਦੇ ਸਾਨੂੰ ਤੁਸੀਂ ਜਾਣੀ ਕਿ ਹੁਣ ਆਪਣੀਆਂ ਜਿਹੜੀਆਂ ਸੇਵਾਵਾਂ ਜਿਹੜੀਆਂ ਦੇ ਰਹੀ ਆ ਆਮ ਆਦਮੀ ਪਾਰਟੀ ਦੇ ਰਹੀ ਆ, ਉਹਨਾਂ ਤੋਂ ਖੁਸ਼ ਹੋ? ਹਾਂ, ਬਹੁਤ ਖੁਸ਼ ਹਾਂ ਜੀ। ਹਾਂਜੀ, ਵੇਖੋ, ਉਹਨਾਂ ਬਿੱਲ ਵੀ ਮਾਫ਼ ਕੀਤੇ ਨੇ 600 ਯੂਨਿਟ, ਅਤੇ ਆਹ ਵੀ ਇੱਕ ਸਹੂਲਤ ਦਿੱਤੀ ਸਾਨੂੰ, ਇਹਦੇ ਨਾਲ ਸਾਡੇ ਬੜੇ ਪੈਸੇ ਬਚ ਸਕਦੇ ਨੇ, ਸਾਨੂੰ ਬਹੁਤ ਫਾਇਦਾ ਵੀ ਇਹਦਾ, ਇਹੋ ਜਿਹੀਆਂ ਸਰਕਾਰਾਂ ਆਉਣ ਅਤੇ ਲੋਕਾਂ ਦਾ ਭਲਾ ਹੁੰਦਾ ਰਹੇ। ਬਿਲਕੁਲ ਜੀ, ਬਿਲਕੁਲ, ਲੋਕਾਂ ਦਾ ਕਹਿਣਾ ਹੈ ਵੀ ਇਹੋ ਜਿਹੀ ਸਰਕਾਰ ਆਵੇ ਜਿਹਨੇ 600 ਯੂਨਿਟ ਪ੍ਰਤੀ ਮਾਫ਼ੀ ਕੀਤੇ ਨੇ। ਹੁਣ ਮੁਹੱਲਾ ਕਲੀਨਿਕ ਖੋਲ੍ਹ ਕੇ ਆਮ ਲੋਕਾਂ ਨੂੰ ਜਿਹੜੇ ਹੈਗੇ ਨੇ ਉਹਨਾਂ ਨੂੰ ਜਿਹੜੀ ਆ ਸਿਹਤ ਸੇਵਾਵਾਂ ਨੇ ਉਹ ਵੀ ਫ੍ਰੀ ਕੀਤੀਆਂ ਨੇ, ਜਿਹੜੇ ਹੋਰ ਵੀ ਚੋਣ ਵਾਦੇ ਨੇ ਸਰਕਾਰ ਵੱਲੋਂ ਕਿਹਾ ਵੀ ਉਹ ਵੀ ਹੌਲੀ ਹੌਲੀ ਪੂਰੇ ਕੀਤੇ ਜਾਣਗੇ। ਸੋ ਕਿੰਨੀ ਕੁ ਦੇਰ ਤੱਕ ਇਹ ਚੋਣ ਵਾਦੇ ਕਿੰਨੀ ਦੇਰ ਤੱਕ ਪੂਰੇ ਹੋਣਗੇ, ਇਹ ਤਾਂ ਹੁਣ ਆਮ ਆਦਮੀ ਪਾਰਟੀ ਹੀ ਦੱਸੇਗੀ। D5 ਪੰਜਾਬੀ ਚੈਨਲ ਨਾਲ ਜਸਵਿੰਦਰ ਬੇਦੀ, ਗੁਰਦਾਸਪੁਰ। ਹੋਏਗੀ ਕਿਸਾਨਾਂ ਦੀ ਗੱਲ, ਨਵੀਂ ਖੇਤੀ ਮਸ਼ੀਨਾਂ, ਬੀਜ
देखना ना भुलना साडा खास प्रोग्राम फार्मिंग विद अमरजीत वड़ैच सोमवार तो शुक्रवार सवेरे 7:30 D5 चैनल पंजाबी ते। की हुंदी है जमाबंदी, किवें बनदी है वसीयत, जमीन जायदाद दे हर मसले ते करांगे चर्चा। देखना ना भुलना साडा खास प्रोग्राम नायब तहसीलदार .com कानून जायदाद दा। D5 चैनल पंजाबी हुणे सब्सक्राइब करो, बैल आइकन ते क्लिक करो।